ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਕੋਰੋਨਾ ਵਾਇਰਸ ਦੇ ਚੱਲਦਿਆਂ ਮੁੱਖ ਮੰਤਰੀ ਪੰਜਾਬ ਵੱਲੋਂ ਆਦੇਸ਼ ਦਿੱਤੇ ਗਏ ਸਨ ਕਿ ਜੇਲ੍ਹਾਂ ਵਿੱਚੋਂ ਕੈਦੀਆਂ ਨੂੰ ਪਰੋਲ ਤੇ ਰਿਹਾਅ ਕੀਤਾ ਜਾਵੇਗਾ। ਇਸ ਲੜੀ ਤਹਿਤ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਤੋਂ ਕੈਦੀਆਂ ਨੂੰ ਰਿਹਾਅ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਅੱਜ 20 ਦੇ ਕਰੀਬ ਕੈਦੀਆਂ ਨੂੰ 56 ਦਿਨ ਦੀ ਪਰੋਲ ਤੇ ਰਿਹਾਅ ਕੀਤਾ ਗਿਆ। ਕੈਦੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਕੈਦੀਆਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ, ਮੈਂ 302 ਦੇ ਵਿੱਚ ਕੈਦ ਕੱਟ ਰਿਹਾ ਜੀ ਤੇ ਸਾਨੂੰ ਕੋਰੋਨਾ ਵਾਇਰਸ ਕਰਕੇ ਛੱਡਿਆ ਗਿਆ ਜੀ। ਕਿੰਨੇ ਚਿਰ ਕੱਟ ਰਹੇ ਹੋ? ਅਸੀਂ 4 ਸਾਲ ਤੋਂ ਕੈਦ ਕੱਟ ਰਹੇ ਹਾਂ ਜੀ। ਹਾਂਜੀ, ਸਾਨੂੰ ਪ੍ਰੋਬਲਮ ਮਿਲੀ ਹੈ ਜੀ। ਕਿੰਨੇ ਬੰਦੇ ਟੋਟਲ ਰਿਹਾ ਹੋਏ ਜੀ? ਅੱਜ ਤਕਰੀਬਨ 8 ਦੀ ਪ੍ਰੋਬਲਮ ਮਿਲੀ ਹੈ ਜੀ, 8 ਨੂੰ। ਹਾਂਜੀ, ਕੋ ਸਰਕਾਰ ਉਦਾਂ ਵੀ ਛੱਡ ਰਹੀ ਹੈ ਜੀ ਬੰਦੇ ਨੂੰ। ਸਰਕਾਰ ਕੀ ਕਹਿਣਾ ਚਾਹੀਦਾ ਸਰਕਾਰ ਬਾਰੇ? ਬਹੁਤ ਵਧੀਆ ਜੀ, ਧੰਨਵਾਦੀ ਹਾਂ ਸਰਕਾਰ ਦੇ, ਸਾਨੂੰ ਰਾਹਤ ਮਿਲ ਰਹੀ ਹੈ ਜੀ। ਮੇਰਾ ਨਾਮ ਸੁਖਪ੍ਰੀਤ ਸਿੰਘ ਹੈ ਜੀ, ਮੈਂ ਸੁਲਤਾਨਪੁਰ ਚੀਮਾ ਦਾ ਰਹਿਣ ਵਾਲਾ ਜੀ। ਮੈਂ 302 ਦੇ ਵਿੱਚ ਇੱਥੇ ਸਜ਼ਾ ਕੱਟ ਰਿਹਾ ਜੀ ਕਦਰ ਦੇ ਵਿੱਚ, ਅਤੇ ਸਾਨੂੰ ਸਰਕਾਰ ਕਰੋਨਾ ਵਾਇਰਸ ਕਰਕੇ ਛੁੱਟੀ ਮਿਲੀ ਗਈ ਹੈ ਅਤੇ 4 ਸਾਲ ਹੋ ਗਏ ਜੀ ਮੈਨੂੰ ਅੰਦਰ ਰਹਿੰਦੇ ਨੂੰ, ਅਤੇ ਇਸ ਕਰਕੇ ਹੁਣ ਛੁੱਟੀ 'ਤੇ ਜਾ ਰਹੇ ਹਾਂ। ਸਰਕਾਰ ਦਾ ਬਹੁਤ ਵੱਡਾ ਉਪਰਾਲਾ ਆ ਅਤੇ ਬਹੁਤ ਧੰਨਵਾਦੀ ਹਾਂ ਸਰਕਾਰ ਦੇ ਜੀ। ਕਿੰਨੇ ਦੀ ਛੁੱਟੀ ਮਿਲੀ? ਛੁੱਟੀ ਸਾਨੂੰ 56 ਦਿਨ ਦੀ ਮਿਲੀ ਹੈ ਜੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੇਲ੍ਹ ਸੁਪਰੀਡੈਂਟ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹੁਣ ਤੱਕ ਕੇਂਦਰੀ ਜੇਲ੍ਹ ਗੁਰਦਾਸਪੁਰ ਤੋਂ 50 ਕੈਦੀ ਅਤੇ 60 ਹਵਾਲਾਤੀਆਂ ਨੂੰ ਰਿਹਾਅ ਕੀਤਾ ਗਿਆ ਹੈ ਅਤੇ ਅੱਗੇ ਹੋਰ 100 ਦੇ ਕਰੀਬ ਹਵਾਲਾਤੀਆਂ ਅਤੇ ਕੈਦੀਆਂ ਨੂੰ 56 ਦਿਨ ਦੀ ਪਰੋਲ ਤੇ ਰਿਹਾਅ ਕੀਤਾ ਜਾਵੇਗਾ। ਇਸ ਤਰ੍ਹਾਂ ਟੋਟਲ 300 ਦੇ ਕਰੀਬ ਕੈਦੀਆਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਦੇ ਵਿੱਚ ਜਿਹੜਾ ਸਾਡਾ ਅਸੀਂ 50 ਕੈਦੀ ਹੁਣ ਤੱਕ ਅੱਜ ਤੱਕ ਛੱਡ ਚੁੱਕੇ ਹਾਂ, 60 ਅਸੀਂ ਜਿਹੜੇ ਹਵਾਲਾਤੀ ਅੱਜ ਤੱਕ ਛੱਡ ਚੁੱਕੇ ਹਾਂ, ਕਰੀਬ ਕੁ 100 ਅਸੀਂ ਹਵਾਲਾਤੀ ਹੋਰ ਛੱਡਾਂਗੇ ਅਤੇ ਕਰੀਬ 100-125 ਹੀ ਅਸੀਂ ਕੈਦੀ ਹੋਰ ਛੱਡਾਂਗੇ। ਜਾਣਿਆ ਕਿ ਸਾਡਾ 325 ਲਾਗੇ ਜਿਹੜਾ ਹੈਗਾ ਉਹ ਬੰਦੀ ਸਾਨੂੰ ਇੱਥੋਂ ਇਮੀਡੀਏਟਲੀ ਅਸੀਂ ਛੱਡਣ ਵਾਸਤੇ। ਇਹ ਵੇਖੋ ਜੀ, ਇਹ ਜਿਹੜੀ ਪੰਜਾਬ ਸਰਕਾਰ ਨੇ ਬੜਾ ਵੱਡਾ ਜਿਹੜਾ ਸਟੈਪ ਲਿਆ ਹੈ ਵੀ ਜਿਹੜੇ ਕਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਵੀ ਜ਼ਿਲ੍ਹਿਆਂ ਦੀ ਗਿਣਤੀ ਘਟਾਉਣ ਵਾਸਤੇ ਵੀ ਤਾਂ ਕਿ ਉਹ ਇੱਥੇ ਠੀਕ ਠਾਕ ਰਹਿ ਸਕਣ। ਗੁਰਦਾਸਪੁਰ ਸੈਂਟਰ ਜੇਲ੍ਹ ਤੋਂ ਅਸੀਂ ਇੰਨੇ ਬੰਦੇ ਛੱਡ ਚੁੱਕੇ ਹਾਂ, ਬਾਕੀ ਜਿਵੇਂ ਜਿਵੇਂ ਸਾਡੇ ਕੋਲ ਹੁਕਮ ਆਈ ਜਾਣਗੇ ਅਸੀਂ ਬਾਕੀ ਵੀ ਬੰਦੇ ਰਿਲੀਜ਼ ਕਰਾਂਗੇ। ਇਹ ਅਸੀਂ ਜਿਹੜਾ ਕੈਦੀ ਆ ਉਹ 6 ਵੀਕ ਦੀ ਪਰੋਲ 'ਤੇ ਜਾ ਰਿਹਾ ਅਤੇ ਜਿਹੜਾ ਹਵਾਲਾਤੀ ਉਹ 6 ਵੀਕ ਦੀ ਇੰਟਰਮ ਬੇਲ 'ਤੇ ਜਾ ਰਿਹਾ। ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।